ਖਾਨਾ ਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਤੱਕੇ ਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਤੱਕੇ ਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ। इस वक्त हम खड़े हैं मोहाली में। जगह तो ये मोहाली की है, लेकिन ये जो मुद्दा है जिसको लेके यहाँ पे प्रदर्शन चल रहा है, ये है चिंतपूर्णी मेडिकल कॉलेज, द वाइट मेडिकल कॉलेज। नाम है द वाइट मेडिकल कॉलेज, बिल्डिंग का कलर है लाल और उनके कारनामे हैं काले। स्टूडेंट्स हैं जो सेकंड ईयर और थर्ड ईयर के स्टूडेंट्स हैं, उनका क्या कहना है, किस तरह के कारनामे हैं जो वो काले बताए जा रहे हैं? ਅਸੀਂ ਸਾਰੇ ਦ ਵਾਈਟ ਮੈਡੀਕਲ ਕਾਲਜ ਪਠਾਨਕੋਟ ਦੇ MBBS ਦੇ ਸੈਕਿੰਡ ਅਤੇ ਥਰਡ ਈਅਰ ਦੇ ਸਟੂਡੈਂਟ ਹੈਗੇ ਹਾਂ। ਸਾਨੂੰ ਕਈ ਦਿਨ ਹੋ ਗਏ ਇੱਥੇ ਪ੍ਰਦਰਸ਼ਨ ਕਰਦੇ ਹੋਏ। ਸਾਡੇ ਪ੍ਰਦਰਸ਼ਨ ਦਾ ਕਾਰਨ ਕੀ ਹੈ? ਸਾਡੇ ਪ੍ਰਦਰਸ਼ਨ ਦਾ ਕਾਰਨ ਹੈਗਾ ਐਜੂਕੇਸ਼ਨ। ਅਸੀਂ ਜਦ ਦੀ ਉਸ ਕਾਲਜ ਦੇ ਵਿੱਚ ਐਡਮਿਸ਼ਨ ਲਿੱਤੀ ਹੈ, ਨਾ ਸਾਨੂੰ ਪੜ੍ਹਾਇਆ ਜਾ ਰਿਹਾ, ਨਾ ਉੱਥੇ ਟੀਚਰ ਨੇ, ਨਾ ਉੱਥੇ ਡਾਕਟਰ ਨੇ, ਨਾ ਉੱਥੇ ਪੇਸ਼ੈਂਟ ਨੇ। ਜਦ ਵੀ ਅਸੀਂ ਆਪਣੀ ਮੰਗਾਂ ਰੱਖਦੇ ਹਾਂ, ਸਾਨੂੰ ਡਰਾਇਆ ਧਮਕਾਇਆ ਜਾਂਦਾ ਕਿ ਤੁਹਾਡੀ ਅਟੈਂਡੈਂਸ ਸ਼ੋਰਟ ਕਰ ਦਿਆਂਗੇ, ਤੁਹਾਡੀ 5 ਸਾਲ ਦੀ ਡਿਗਰੀ ਨੂੰ 8 ਸਾਲਾਂ ਦਾ ਕਰ ਦਿਆਂਗੇ। ਠੀਕ ਹੈ, ਉਸ ਤੋਂ ਬਾਅਦ ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਨੂੰ ਸਾਡੇ ਪ੍ਰੈਕਟੀਕਲ ਲਗਾਓ, ਸਾਡੇ ਕਾਲਜ ਦੇ ਵਿੱਚ ਪ੍ਰੈਕਟੀਕਲ ਦਾ ਸਮਾਨ ਨਹੀਂ ਹੈਗਾ, ਜਦ ਅਸੀਂ ਕਹਿੰਦੇ ਪ੍ਰੈਕਟੀਕਲ ਦਾ ਸਮਾਨ ਲਿਆਓ ਤਾਂ ਸਾਨੂੰ ਧਮਕਾਇਆ ਜਾਂਦਾ ਹੈ, ਹਾਂ ਹਾਂ ਜੀ ਤੁਸੀਂ ਤਾਂ ਇੱਥੋਂ ਜਾਣਾ ਚਾਹੁੰਦੇ ਹੋ, ਇਸ ਕਰਕੇ ਤੁਸੀਂ ਜੋ ਹੈ ਇਹ ਸਾਰੀ ਐਲੀਗੇਸ਼ਨਸ ਲਗਾ ਰਹੇ ਹੋ। ਸਾਡੇ ਇਸ ਕਾਲਜ ਦੇ ਵਿੱਚ ਇਹ ਜੋ ਵੀ ਡੈਫੀਸ਼ੀਐਂਸੀਜ਼ ਹੈਗੀਆਂ, ਇਹ ਸਾਡੇ ਕਹਿਣ ਨਾਲ ਨਹੀਂ ਹੈਗੀਆਂ, ਜਿੰਨੀ ਵੀ ਕੰਪੀਟੈਂਟ ਅਥਾਰਟੀਜ਼ ਹੈਗੀਆਂ, NMC, ਬਾਬਾ ਫਰੀਦ ਅਤੇ ਸਰਕਾਰ, ਉਹਨਾਂ ਦੀ ਬਕਾਇਦਾ ਰਿਪੋਰਟਾਂ ਮੌਜੂਦ ਨੇ ਜੋ ਕਿ ਕਹਿ ਰਹੀਆਂ ਕਿ ਕਾਲਜ ਦੇ ਵਿੱਚ 96.97% ਡੈਫੀਸ਼ੀਐਂਸੀਜ਼ ਨੇ ਫੈਕਲਟੀ ਦੀਆਂ, ਇਨਫਰਾਸਟ੍ਰਕਚਰ ਦੀਆਂ। ਇਹ ਤਾਂ ਗੱਲ ਹੋ ਗਈ ਪੜ੍ਹਾਈ ਦੀ। ਉਸ ਤੋਂ ਬਾਅਦ ਜਿਹੜੀ ਬੇਸਿਕ ਰਹਿਣ ਸਹਿਣ ਦੀ ਸਹੂਲਤ ਹੈ ਹੋਸਟਲ ਦੀਆਂ, ਬਹੁਤ ਜ਼ਿਆਦਾ ਕੈਦੀਆਂ ਤੋਂ ਵੀ ਮਾੜਾ ਹਾਲ ਸਾਡੇ ਨਾਲ ਕੀਤਾ ਜਾਂਦਾ, ਜੋ ਹੋਸਟਲ ਕੰਪਲਸਰੀ ਵੀ ਨਹੀਂ ਹੈਗੇ, ਸਾਨੂੰ ਧੱਕੇ ਨਾਲ ਅੰਦਰ ਰੱਖਿਆ ਜਾਂਦਾ। ਅਤੇ ਜਦ ਅਸੀਂ ਕਹਿੰਦੇ ਹਾਂ ਕਿ ਬਈ ਸਾਡੇ ਨਾਲ ਇੱਦਾਂ ਨਾ ਕਰੋ, ਤਾਂ ਸਾਨੂੰ ਕਿਹਾ ਜਾਂਦਾ ਤੁਸੀਂ ਜਾਓ ਫਿਰ ਤੁਸੀਂ ਪਾਸ ਹੋ ਕੇ ਦਿਖਾ ਦਿਓ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਕਿ ਜਦ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਡਾਕਟਰ ਆਣ, ਸਾਨੂੰ ਪੜ੍ਹਾਉਣ, ਸਾਡੇ ਪੇਸ਼ੈਂਟ ਅਸਲੀ ਹੋਣ, ਸਾਨੂੰ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਟੀਚਰ ਨੇ, ਸਾਰੇ ਡਾਕਟਰ ਨੇ, ਪਰ ਜਦ ਅਸੀਂ ਕਲਾਸਾਂ ਲਾਉਣ ਜਾਂਦੇ ਹਾਂ ਅਸੀਂ ਵਿਹਲੇ ਬਹਿ ਕੇ ਆ ਜਾਂਦੇ ਹਾਂ, ਕਿਉਂਕਿ ਉੱਥੇ ਕੋਈ ਹੈਗਾ ਹੀ ਨਹੀਂ ਹੈ ਪੜ੍ਹਾਉਣ ਦੇ ਲਈ। ਅਤੇ ਇਸ ਕਰਕੇ ਅਸੀਂ ਇੱਥੇ ਜੋ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ, ਇਸ ਤੋਂ ਪਹਿਲੇ ਅਸੀਂ ਆਲਰੇਡੀ DC ਦਫ਼ਤਰ ਪਠਾਨਕੋਟ ਦੇ ਵਿੱਚ ਧਰਨਾ ਦੇ ਚੁੱਕੇ ਹਾਂ। DC ਸਰ ਨੇ ਸਾਨੂੰ ਰੈਸਕਿਊ ਕਰਕੇ ਸਾਨੂੰ ਉੱਥੇ ਦੇ ਗੁਰਦੁਆਰੇ ਦੇ ਵਿੱਚ ਠਹਿਰਾਇਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾਡੇ ਨਾਲ ਗੱਲਬਾਤ ਕਰਕੇ ਕਿ ਤੁਸੀਂ ਬਾਬਾ ਫਰੀਦ ਜਾ ਕੇ ਮੰਗਾਂ ਰੱਖੋ। ਸਾਨੂੰ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਬਾਬਾ ਫਰੀਦ ਚਲੇ ਗਏ। ਅਸੀਂ ਬਾਬਾ ਫਰੀਦ ਜਾ ਕੇ ਰਜਿਸਟਰ ਸਾਹਿਬ ਦੇ ਨਾਲ ਆਪਣੀ ਰਿਕੁਐਸਟ ਕੀਤੀ ਕਿ ਸਰ ਪਲੀਜ਼ ਸਾਨੂੰ ਰੈਸਕਿਊ ਕਰੋ, ਸਾਡੀ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਲੌਸ ਹੁੰਦਾ ਪਿਆ, ਅਸੀਂ ਸਭ ਡਾਕਟਰ ਬਣਨ ਆਏ, ਲੀਡਰ ਬਣਨ ਨਹੀਂ ਆਏ, ਇਹ ਤਰਨੇ ਕਰਕੇ ਸਾਨੂੰ ਕੋਈ ਖੁਸ਼ੀ ਨਹੀਂ ਮਿਲ ਰਹੀ, ਅਸੀਂ ਸਿਰਫ ਆਪਣੀ ਡਿਮਾਂਡ ਰੱਖ ਰਹੇ ਹਾਂ। ਉਹ ਕਹਿੰਦੇ ਅਸੀਂ ਤੁਹਾਡੀ ਕੰਪਲੇਂਟ ਜਿਹੜੀ ਹੈ ਫਾਰਵਰਡ ਕਰ ਦਿਆਂਗੇ, ਤੁਸੀਂ DRME
ਕੰਪਨੀ ਸਾਹਿਬ ਦੇ ਕੋਲ ਚਲੇ ਗਏ। ਅਸੀਂ ਕਿਹਾ ਤੁਹਾਡਾ ਹੁਕਮ ਸਿਰ ਮੱਥੇ, ਅਸੀਂ ਇੱਥੇ ਆ ਕੇ ਬੈਠੇ ਹਾਂ, ਪਰ ਗੱਲ ਹੈਗੀ ਹੈ ਹੁਣ ਅਸੀਂ ਇਸ ਤੋਂ ਬਾਅਦ ਕਿੱਥੇ ਜਾਈਏ। ਇਸ ਕਰਕੇ ਇਹ ਧਰਨਾ ਉਦੋਂ ਤੱਕ ਚੱਲੇਗਾ ਜਦ ਤੱਕ ਸਾਡੀਆਂ ਡਿਮਾਂਡਾਂ ਨੂੰ ਸਾਨੂੰ ਕੋਈ ਰਿਟਨ ਆਰਡਰ ਜਾਂ ਫਿਰ ਸਾਨੂੰ ਕੋਈ ਬਿਲਕੁਲ ਇੱਕ ਠੋਸ ਉਹ ਨਹੀਂ ਮਿਲਦਾ ਕਿ ਸਾਡਾ ਕੰਮ ਹੋ ਜਾਏਗਾ। ਸਾਡੀ ਡਿਮਾਂਡ ਕੀ ਹੈ? ਸਾਨੂੰ ਪੜ੍ਹਾ ਦਿੱਤਾ ਜਾਏ। ਉਸ ਕਾਲਜ ਦੇ ਵਿੱਚ ਇਹਨਾਂ 'ਚੋਂ ਇੱਕ ਵੀ ਬੱਚਾ ਵਾਪਸ ਨਹੀਂ ਜਾਏਗਾ। ਉਹਦਾ ਕਾਰਨ ਕਿਉਂਕਿ ਸਾਨੂੰ ਆਲਰੇਡੀ ਇੰਨਾ ਹਰਾਸ ਅਤੇ ਇਮੋਸ਼ਨਲੀ ਟਰੋਮਾਟਾਈਜ਼ ਕੀਤਾ ਜਾ ਚੁੱਕਾ ਹੋਇਆ ਕਿ ਅਸੀਂ ਉੱਥੇ ਹੁਣ ਅੰਦਰ ਨਹੀਂ ਜਾ ਸਕਦੇ। ਸਾਨੂੰ ਡਰਾਇਆ ਜਾਏਗਾ, ਧਮਕਾਇਆ ਜਾਏਗਾ। ਆਲਰੇਡੀ ਸਾਡੇ ਮਾਪਿਆਂ ਨੂੰ ਮਾਨਹਾਨੀ ਦੇ ਕੇਸ ਦੇ ਜਿਹੜੇ ਹੈਗੇ ਆ ਉਹਦੇ ਨੋਟਿਸ ਪਹੁੰਚ ਚੁੱਕੇ ਹੋਏ ਨੇ। ਇਸ ਕਰਕੇ ਸਾਡੀ ਡਿਮਾਂਡ ਹੈ ਸਾਨੂੰ ਟੈਂਪਰੇਰੀ ਸ਼ਿਫਟ ਕਰ ਦਿੱਤਾ ਜਾਵੇ ਉਹਨਾਂ ਕਾਲਜਿਸ ਦੇ ਵਿੱਚ ਜਿੱਥੇ ਸਾਡੀ ਪੜ੍ਹਾਈ ਕਰਾਈ ਜਾ ਸਕਦੀ ਹੈ, ਕਿਉਂਕਿ ਸਾਡਾ ਕਾਲਜ ਜੋ ਹੈ ਆਲਰੇਡੀ ਆਉਣ ਵਾਲੇ ਬੈਚਿਸ ਅਤੇ ਪਿਛਲੇ ਬੈਚਿਸ ਲਈ ਫੇਲ ਹੋ ਚੁੱਕਾ ਹੈ। ਇਹਨੂੰ ਜੋ ਕੰਪੀਟੈਂਟ ਅਥਾਰਟੀਜ਼ ਨੇ ਉਹਨਾਂ ਨੇ ਬੈਨ ਕਰ ਦਿੱਤਾ ਕਿ ਇੱਥੇ ਨਵੇਂ ਬੈਚ ਆ ਕੇ ਨਹੀਂ ਪੜ੍ਹ ਸਕਦੇ, ਅਤੇ ਜੇ ਇੱਥੇ ਨਵੇਂ ਬੈਚ ਨਹੀਂ ਆ ਕੇ ਪੜ੍ਹ ਸਕਦੇ ਤਾਂ ਅਸੀਂ ਇੱਥੇ ਕਿੱਦਾਂ ਪੜ੍ਹ ਸਕਦੇ ਹਾਂ? ਇਸ ਕਰਕੇ ਸਾਨੂੰ ਸ਼ਿਫਟ ਕੀਤਾ ਜਾਏ। ਇਸ ਤੋਂ ਬਾਅਦ ਸਾਡੀ ਜੋ ਕੋਰਟ ਦੇ ਵਿੱਚ ਹੇਅਰਿੰਗ ਹੈਗੀ ਹੈ, ਅਸੀਂ ਆਲਰੇਡੀ ਸ਼ਿਫਟਿੰਗ ਦਾ ਕੇਸ 10 ਜਨਵਰੀ 2024 ਨੂੰ ਜਿੱਤ ਚੁੱਕੇ ਸੀਗੇ ਕਿ ਜਿਹਦੇ ਵਿੱਚ ਸਰਕਾਰ ਨੇ ਆਪਣਾ ਮਾਨਨੀਯ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਇਹ ਸਾਰੇ ਬੱਚਿਆਂ ਨੂੰ ਸ਼ਿਫਟ ਕਰ ਦਿੱਤਾ ਜਾਏ। ਲੇਕਿਨ ਜਿਵੇਂ ਕਿ ਸਾਡਾ ਚੇਅਰਮੈਨ ਇੱਕ ਪੋਲੀਟੀਕਲ ਪਰਸਨ ਹੈਗਾ, ਉਹਨੇ ਉਸ ਚੀਜ਼ 'ਤੇ ਸਟੇਅ ਲੈ ਲਿਆ ਅਤੇ ਕੁਛ ਹੀ ਦਿਨਾਂ ਦੇ ਵਿੱਚ ਉਹ ਸਟੇਅ ਵੀ ਟੁੱਟ ਜਾਏਗਾ। 1 ਅਗਸਤ ਨੂੰ ਸਾਡੀ ਡੇਟ ਹੈ, ਉਦੋਂ ਇਹ ਸਟੇਅ ਵੀ ਟੁੱਟ ਜਾਏਗਾ। ਲੇਕਿਨ ਕੀ ਜਦ ਤੱਕ ਸਟੇਅ ਨਹੀਂ ਟੁੱਟੇਗਾ ਸਾਨੂੰ ਪੜ੍ਹਾਇਆ ਨਹੀਂ ਜਾਏਗਾ? ਬਸ ਇਹੀ ਸਾਡੀ ਡਿਮਾਂਡ ਹੈ, ਸਾਨੂੰ ਪੜ੍ਹਾਇਆ ਜਾਏ। ਅਸੀਂ ਲੱਖਾਂ ਕਰੋੜਾਂ ਰੁਪਏ ਖਰਚ ਕੇ ਸੁਸਾਇਟੀ ਨੂੰ ਸਰਵ ਕਰਨਾ ਚਾਹੁੰਦੇ ਹਾਂ। ਅਸੀਂ ਇੱਥੇ ਕੋਈ ਵੀ ਲੀਡਰੀ ਦਿਖਾਉਣ ਨੂੰ ਜਾਂ ਫਿਰ ਮਾਹੌਲ ਖਰਾਬ ਕਰਨ ਨੂੰ ਨਹੀਂ, ਅਸੀਂ ਬੜਾ ਪੀਸਫੁਲੀ ਬੈਠੇ ਹਾਂ। ਸਾਡੀ ਡਿਮਾਂਡ ਇਹੀ, ਬਸ ਸਾਨੂੰ ਪੜ੍ਹਾਓ। ਸਟੇ ਸ਼ਿਫਟਿੰਗ 'ਤੇ ਹੈ, ਸਟੇ ਪੜ੍ਹਾਈ 'ਤੇ ਨਹੀਂ ਹੈ, ਬਸ ਸਾਨੂੰ ਪੜ੍ਹਾਇਆ ਜਾਏ। ਮੈਮ, ਬੇਸਿਕ ਰੀਜ਼ਨ ਹਮਾਰਾ ਯਹੀ ਹੈ ਕਿ ਹਮੇਂ ਐਜੂਕੇਸ਼ਨ ਚਾਹੀਏ। ਹਮ ਇੱਕ ਸਰਟੀਫਾਈਡ ਨੀਟ ਕੁਆਲੀਫਾਈ ਕਰਕੇ ਆਏ ਹਾਂ, ਕਾਲਜ ਮੇਂ ਗਏ ਹੈ, ਔਰ ਹਮਨੇ ਐਕਸਪੈਕਟ ਕੀਆ ਥਾ ਕਿ ਕਾਲਜ ਜੋ ਵੀ ਗਾਈਡਲਾਈਨਸ ਹੈ ਵੋ ਫੁਲਫਿਲ ਕਰ ਰਹਾ ਹੋਗਾ, ਐਂਡ ਵੀ ਐਕਸਪੈਕਟਡ ਅ ਬੈਟਰ ਐਜੂਕੇਸ਼ਨ। ਬਟ ਜੋ ਹਮਾਰੀ ਐਡਮਿਸ਼ਨ ਹੋਈ, ਵੀ ਗੋਟ ਟੂ ਨੋ ਕਿ ਇਸਕੇ ਪਾਸ ਨਾ ਫੈਕਲਟੀ ਹੈ, ਇਨਕੇ ਪਾਸ ਨਾ ਡਾਕਟਰਸ ਹੈ ਪੜ੍ਹਾਨੇ ਕੇ ਲੀਏ, ਮਾਸ ਡਿਫੀਸ਼ੀਐਂਸੀਜ਼ ਹੈ, ਕੋਰਸ ਫੈਕਲਟੀ ਹੈ ਇਨਕੇ ਪਾਸ, ਸਿਰਫ ਉਨਕੀ ਅਟੈਂਡੈਂਸ ਲੱਗ ਰਹੀ ਹੈ, ਔਰ ਜਬ ਇੰਸਪੈਕਸ਼ਨਸ ਹੋਤੀ ਹੈ ਤਬ ਉਨ ਟੀਚਰਸ ਕੋ ਬੁਲਾ ਲਿਆ ਜਾਤਾ ਹੈ, ਡਾਕਟਰਸ ਕੋ ਬੁਲਾ ਲਿਆ ਜਾਤਾ ਹੈ, ਅਦਰਵਾਈਜ਼ ਵੋ ਕਹੀਂ ਔਰ ਪ੍ਰਾਈਵੇਟ ਪ੍ਰੈਕਟਿਸਿਸ ਕਰ ਰਹੇ ਹੈ, ਤੋ ਵੀ ਐਕਸਪੈਕਟਡ ਅ ਬੈਟਰ ਐਜੂਕੇਸ਼ਨ। ਸੈਕਿੰਡਲੀ, ਹਮਨੇ ਜਿਤਨੇ ਵੀ ਅਥਾਰਟੀਜ਼ ਹੈ, ਮੈਨੇਜਮੈਂਟ, ਉਨਸੇ ਬਾਤ ਕੀ ਹੈ ਸਾਰੀ ਕਿ ਪਲੀਜ਼ ਹਮਾਰੀ ਫੈਸਿਲਿਟੀਜ਼ ਜੋ ਵੀ ਹੈ, ਵਾਟਰ ਕੀ, ਇਲੈਕਟ੍ਰੀਸਿਟੀ ਕੀ, ਜਾਂ ਕਲੀਨਲੀਨੈਸ, ਯੇ ਸਭ ਠੀਕ ਕਰ ਦਿਆ ਜਾਏ। ਬਟ ਆਫਟਰ ਕੰਟੀਨਿਊਸ ਰਿਕੁਐਸਟ, ਹਮਾਰਾ ਕੁਛ ਵੀ ਕਲੀਅਰ ਨਹੀਂ ਹੁਆ। ਹਮਨੇ ਕਾਫੀ ਰਿਕੁਐਸਟ ਕਰਨੇ ਕੇ ਬਾਅਦ, ਲਾਈਕ 5-6 ਮਹੀਨੇ ਉਨਸੇ ਬਾਤ ਕੀ, ਜਬ ਕੁਛ ਵੀ ਨਹੀਂ ਹੁਆ, ਦੈਨ ਵੀ ਗੋਟ ਦ ਅਸੈਸ ਆਫ ਦ ਅਥਾਰਟੀਜ਼ ਕਿ ਭਾਈ ਇੰਸਪੈਕਸ਼ਨਸ ਕਰ ਦਿਓ, ਤਾਂ ਕਿ ਇਹ ਪਤਾ ਚੱਲੇ ਕਿ ਕੰਪੀਟੈਂਟ ਹੈ ਵੀ ਜਾਂ ਨਹੀਂ ਪੜ੍ਹਾਉਣ ਕੇ ਲੀਏ। ਉਨਕੇ ਰਿਪੋਰਟਸ ਕੇ ਅਕੋਰਡਿੰਗ ਦੇ ਆਰ ਸੇਇੰਗ ਕਿ ਦਿਸ ਕਾਲਜ ਇਜ਼ ਡੂਇੰਗ ਫਰੋਡ ਟੂ ਦ ਸੋਸਾਇਟੀ, ਪੇਰੈਂਟਸ ਐਜ਼ ਵੈਲ ਐਜ਼ ਦ ਸਟੂਡੈਂਟਸ, ਐਂਡ ਵੀ ਆਰ ਗੋਇੰਗ ਟੂ ਬੀ ਦ ਫਿਊਚਰ ਆਫ ਦਿਸ ਹੈਲਥ ਕੇਅਰ ਸੈਕਟਰ, ਐਂਡ ਇਫ ਵੀ ਆਰ ਸਟੱਡੀਜ਼ ਆਰ ਬੀਇੰਗ ਕੰਪਰੋਮਾਈਜ਼, ਦੈਨ ਦ ਹੈਲਥ ਆਫ ਦ ਫਿਊਚਰ ਇਜ਼ ਗੋਇੰਗ ਟੂ ਬੀ ਕੰਪਰੋਮਾਈਜ਼। ਇਸ ਕੇ ਇਲਾਵਾ ਹਮਾਰੇ ਪੇ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਹਮੇ ਗਵਰਨਮੈਂਟ ਕਾਲਜਸ ਕਾ ਲਾਲਚ ਹੈ, ਹਮ ਚਾਹਤੇ ਹੈ ਕਿ ਹਮਾਰੀ ਸ਼ਿਫਟਿੰਗ ਗਵਰਨਮੈਂਟ ਕਾਲਜਸ ਮੇਂ ਹੋ ਜਾਏ, ਪਰ ਐਸਾ ਕੁਛ ਨਹੀਂ ਹੈ। ਹਮ ਬਸ ਯੇ ਚਾਹਤੇ ਹੈ ਕਿ ਹਮਾਰੀ ਕਿਸੀ ਵੀ, ਚਾਹੇ ਪ੍ਰਾਈਵੇਟ ਚਾਹੇ ਗਵਰਨਮੈਂਟ ਪੰਜਾਬ ਕੇ ਕਿਸੀ ਵੀ ਕਾਲਜ ਮੇਂ ਸ਼ਿਫਟਿੰਗ ਹੋ ਜਾਏ, ਔਰ ਹਮ ਬਸ ਇਸ ਕਾਲਜ ਸੇ ਨਿਕਲ ਜਾਏ, ਔਰ ਉਸਮੇਂ ਹਮਾਰੀ ਮਤਲਬ ਟੈਂਪਰੇਰੀਲੀ ਐਜੂਕੇਸ਼ਨ ਕੰਟੀਨਿਊ ਕਰਾਈ ਜਾਏ। ਇਸ ਕੇ ਇਲਾਵਾ ਹਮੇਂ ਯੇ ਵੀ ਬੋਲਾ ਜਾ ਰਿਹਾ ਹੈ, ਹਮੇਂ ਲਾਲਚ ਹੈ ਕਿ ਹਮਾਰੀ ਫੀਸ ਕਮ ਹੋ ਜਾਏਗੀ ਗਵਰਨਮੈਂਟ ਕਾਲਜਸ ਮੇਂ। ਹਮਾਰਾ ਐਸਾ ਬਿਲਕੁਲ ਵੀ ਮੋਟਿਵ ਨਹੀਂ ਹੈ। ਹਮ ਚਾਹਤੇ ਹਮ ਅਗਰ ਸ਼ਿਫਟ ਹੋਤੇ ਹੈ ਤੋ ਹਮ ਜੋ ਫੀਸ ਹਮ ਕਾਲਜ ਮੇਂ ਪੇ ਕਰ ਰਹੇ ਥੇ ਵੋ ਪੇ ਕਰਨੇ ਕੋ ਬਿਲਕੁਲ ਤਿਆਰ ਹੈ। ਸਾਡਾ ਹੱਕ ਇੱਥੇ ਰੱਖ, ਸਾਡੀ ਪੜ੍ਹਾਈ।